हेलो, सत श्री अकाल, नमस्ते, और की हाल चाल आप सब? की हाल चाल है सारे दे। वेलकम टू माय चैनल अमनवीर दी व्लॉग्स। मैं ताडा अपना अमनवीर दी, मेरे नाल हैगा गुरप्रीत कौगल, ते नाल हैगा साडा सतनाम रूप राय। ते अज सतनाम रूप राय साहब जी दे बर्थडे दा कह लो कि पार्टी करन चले हैगे। बर्थडे तो निकल चुका हैगा, मैं कह दूं कि बिलेटेड पार्टी हो रही हैगी अज। ते पार्टी लई असीं मंचीज दे जा रहे हैगे आ, ते इस टाइम असीं खड़े हैगे आ वैसे कौगल साहब दे कह लो कि शोरूम दे उत्ते। ते तुसीं देख सकते हैगे आ, तुहानूं मैं दिखा दिंदा आ, रामगढ़िया आटोस खेड़ा रोड तुसीं देख सकते हैगे आ जी। ते इन्हां दे कोल तुसीं काम कराउण आई हो, ते जे मेरा नाम लैके काम कराओगे तुहानूं सारिआं नूं 10% विचों लैस मिलेगी जी। वीरदी ब्लॉग्स ठीक है, तुसीं कह रहे हो कि वीरदी दे कह लो कि ब्लॉग्स देख के आए सीगे। ते भाजी असीं तुहाडी स्कूटरी दा जां बाइक दा कोई भी काम करवाउणा हैगा ते काम कराउण जरूर आई हो जी। ओके जी, बाय बाय, टेक केयर, ते आ जाओ लै चलीए तुहानूं मनचीज दे। ਅਸੀਂ ਇਸ ਟਾਈਮ ਆਏ ਹੈਗੇ ਮਨਜੀਤ ਦੇ, ਸਤਨਾਮ ਸੇਠ ਸਾਡੇ ਪਾਰੇ ਹੈਗੇ ਜੀ, ਸਨੈਪਚੈਟ ਸਟੋਰੀ ਭੋਗਲ ਸਾਹਿਬ। ਸਾਨੂੰ ਤਿਆਰ ਆ ਪੀਜ਼ਾ, ਫੈਮਿਲੀ ਪੀਜ਼ਾ ਖਾਣਾ, ਅਤੇ ਆਪਾਂ ਬੈਠੇ ਹੈਗੇ ਇਸ ਟਾਈਮ ਮਨਜੀਤ ਦੇ, ਅਤੇ ਭੋਗਲ ਸਾਹਿਬ ਵੀ ਹੈਗੇ ਸਾਡੇ ਨਾਲ। ਬਹੁਤ ਟਾਈਮ ਬਾਅਦ ਆਇਆ ਅੱਜ ਮਨਜੀਤ ਦੇ, ਕਿਉਂਕਿ ਸਤਨਾਮ ਭਾਅ ਜੀ ਉਹਦਾ ਅੱਜ ਬਰਥਡੇ ਦੀ ਪਾਰਟੀ ਪੈਂਡ ਸੀ। ਸਾਰਿਆਂ ਨੇ ਸਤਨਾਮ ਨੂੰ ਬਰਥਡੇ ਵਿਸ਼ ਕਰਨੀ ਹੈਗੀ ਕਮੈਂਟਾਂ ਦੇ ਵਿੱਚ, ਬਲੇਟਿਡ ਹੈਪੀ ਬਰਥਡੇ ਦੀ ਪਾਰਟੀ ਅੱਜ, ਠੀਕ ਹੈ ਜੀ। ਅਤੇ ਤੁਹਾਨੂੰ ਹੁਣ ਪੀਜ਼ਾ ਜਦੋਂ ਆਉਂਦਾ ਦਿਖਾਉਂਦੇ ਹਾਂ ਪੀਜ਼ਾ ਵੀ। ਅਸੀਂ ਇਸ ਟਾਈਮ ਆਹ ਮਨਚੀਜ਼ ਸਪੈਸ਼ਲ ਚਿਕਨ ਪੀਜ਼ਾ ਮੰਗਵਾਇਆ ਹੈਗਾ ਜੀ, ਆਹ ਆਲਾ ਵੱਡਾ ਸਾਈਜ਼ ਸਾਰੇ ਨਾਲੋਂ ਫੈਮਿਲੀ ਪੀਜ਼ਾ ਜੀ। ਭੋਗਲ ਸਾਹਿਬ ਕੋਈ ਜੋਗ ਜੋਗ ਕੀ ਸੁਣਾ ਦਿਓ ਅੱਜ, ਗੱਲਬਾਤ ਕੀ ਸੁਣਾ ਦੇ ਅੱਜ ਭੋਗਲ ਸਾਹਿਬ। ਇਹ ਭੋਗਲ ਸਾਹਿਬ ਦਾ ਖੇੜਾ ਰੋਡ ਦੇ ਉੱਤੇ ਜੀ ਆਟੋ ਕੇਅਰ ਹੈਗਾ ਆ, ਅਤੇ ਜਿਹਨੇ ਵੀ ਸਕੂਟਰ ਮੋਟਰਸਾਈਕਲ ਦਾ ਕੰਮ ਕਰਾਉਣਾ ਹੈਗਾ ਅਤੇ ਸਾਡੇ ਭੋਗਲ ਸਾਹਿਬ ਦੇ ਕੋਲ ਜਾ ਸਕਦੇ ਹੈਗੇ ਆ। ਭੋਗਲ ਸਾਹਿਬ ਦੀ ਸ਼ਕਲ ਦੇਖ ਲਓ, ਅਤੇ ਜੇ ਤੁਸੀਂ ਮੇਰਾ ਨਾਮ ਲੈ ਕੇ ਭੋਗਲ ਸਾਹਿਬ ਤੋਂ ਕੰਮ ਕਰਾਓਗੇ ਤੁਹਾਨੂੰ 10% ਲੈਸ ਜ਼ਰੂਰ ਦਊਗਾ। ਭੋਗਲ ਸਾਹਿਬ ਦਊਂਗੇ ਲੈਸ ਕਿ ਨਹੀਂ? ਹਾਂਜੀ ਹਾਂਜੀ ਭਾਈ, 10% ਲੈਸ ਮਿਲੂਗੀ ਜਿਹੜਾ ਅਮਨਵੀਰ ਜੀ ਭਾਈ ਦਾ ਨਾਮ ਲਊਗਾ। ਤੁਸੀਂ ਇਹ ਕਹਿਣਾ ਕਿ ਅਸੀਂ ਵਲੋਗ ਦੇਖ ਕੇ ਆਏ ਹੈਗੇ ਸੀਗੇ ਭਾਈ ਤੁਹਾਡੇ ਤੋਂ ਮੋਟਰਸਾਈਕਲ ਸਕੂਟਰੀ ਦਾ ਕੰਮ ਕਰਾਉਣ, ਅਤੇ ਲੈਸ ਦੇਣੀ ਆ, ਆਪਣੇ ਡੈਡੀ ਨੂੰ ਵੀ ਕਹਿ ਦੇਣੀ, ਠੀਕ ਹੈ? ਹਾਂਜੀ ਹਾਂਜੀ ਭਾਈ, 10% ਲੈਸ ਮਿਲੂਗੀ ਸਾਡੀ ਨਾਲ। ਸਤਨਾਮ ਸਿੰਘ ਜੀ ਵੀ ਨਾਲ, ਗਵਾਹ ਸਤਨਾਮ ਸਿੰਘ ਜੀ ਗਵਾਹ ਹੈ ਨਾ ਨਾਲ? ਪੀਜ਼ੇ ਦੀ ਵੇਟ ਹੋ ਰਹੀ ਹੈਗੀ, ਪੀਜ਼ਾ ਹਾਲੇ ਤੱਕ ਆਇਆ ਨੀ ਹੈਗਾ, ਤੇ ਇਹਦੇ ਮੂੰਹ ਚ ਪਾਣੀ ਆਈ ਜਾਂਦਾ ਪਿਆ ਹੈਗਾ ਆ, ਤੇ ਆ ਗਿਆ ਲਾਨੀ, ਹਾਲੇ ਨੀ ਆਇਆ ਪੀਜ਼ਾ, ਸਾਨੂੰ ਲੱਗਾ ਪੀਜ਼ਾ ਸਾਡਾ ਆ ਗਿਆ। ਅਤੇ ਅੰਕਲ ਆਹ ਦੇਖੋ ਜੀ, ਜਾਂਦੇ ਵੇ ਹੈਗੇ ਆ, ਇਹ ਬਰਗਰ ਲੈ ਕੇ ਗਏ ਆ, ਅਤੇ ਅਸੀਂ ਮੰਗਵਾਇਆ ਹੈਗਾ ਇੱਕ ਮਨਚੀਜ਼ ਸਪੈਸ਼ਲ ਚਿਕਨ ਪੀਜ਼ਾ, ਅਤੇ ਨਾਲ ਫਰਾਈਜ਼ ਮੰਗਵਾਈਆਂ ਹੈਗੀਆਂ। ਅੱਜ ਤੁਹਾਡਾ ਸਪੈਸ਼ਲ ਵਲੌਗ ਬਣਾਇਆ ਹੈਗਾ ਸਤਨਾਮ ਕਰਕੇ, ਕਿਉਂਕਿ ਇਹਦਾ ਅੱਜ ਹੈਗਾ ਬਰਥਡੇ। ਫੇਵਰੇਟ ਆ ਸਤਨਾਮ ਭਾਅ ਜੀ ਦੀ ਫਰਾਈਜ਼? ਚਲੋ ਕੋਈ ਨਹੀਂ ਜੀ, ਵਧੀਆ ਜੀ। ਚਲੋ ਜਦੋਂ ਆਉਂਦਾ ਪੀਜ਼ਾ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਫੈਮਿਲੀ ਪੀਜ਼ਾ। ਸਾਡੇ ਫਰਾਈਜ਼ ਆ ਗਏ ਆ ਜੀ, ਦੇਖੋ ਜੀ, ਪੈਰੀ ਪੈਰੀ ਫਰਾਈਜ਼। ਭੋਗਲ ਸਾਹਿਬ ਚੁੱਕੋ ਫੇ ਫੱਟੇ। ਭੋਗਲ ਸਾਹਿਬ ਸਾਡੇ ਰਹਿ ਗਏ ਆ, ਭੋਗਲ ਸਾਹਿਬ ਪੀਜ਼ਾ ਲੈਣ ਦਿਓ, ਪੀਜ਼ਾ ਹੁਣ ਪੀਜ਼ਾ ਵੀ ਸਾਡਾ ਆ ਗਿਆ, ਤੁਸੀਂ ਦੇਖ ਸਕਦੇ ਹੈਗੇ, ਨਾਲ ਫਰਾਈਜ਼ ਵੀ ਪਈ ਆ। ਅਤੇ ਅਸੀਂ ਚਿਕਨ ਪੀਜ਼ਾ ਮੰਗਵਾਇਆ ਆ ਮਨਚੀਜ਼ ਸਪੈਸ਼ਲ,
ਆ ਜਾਓ ਜਿਹਨੇ ਖਾਣਾ ਹੈਗਾ ਜੀ ਮਨਚੀਜ਼ ਦਾ ਸਪੈਸ਼ਲ ਪੀਜ਼ਾ ਸਾਡੇ ਭੋਗਲ ਸਾਹਿਬ ਭੋਗਲ ਸਾਹਿਬ ਅੱਜ ਦੇਖੋ ਜੀ ਸਨੈਪਚੈਟ ਸਟੋਰੀਆਂ ਬਣਾ ਰਹੇ ਪੀਜ਼ੇ ਦੀਆਂ ਕੌਫੀ ਆ ਗਈ ਸਾਡੀ ਰੱਖ ਦਿਓ ਅੰਕਲ ਜੀ ਰੱਖ ਦਿਓ ਕਰਾਰੇ ਬਹੁਤ ਹੋ ਗਏ ਸੀਗੇ ਜੀ ਇਹ ਆਪਣੇ ਜਿਹੜੇ ਮੰਗਵਾਏ ਹੈਗੇ ਆ ਫਰੈਂਚ ਫਰਾਈਜ਼ ਪੈਰੀ ਪੈਰੀ ਅਤੇ ਇਸ ਕਰਕੇ ਹੁਣ ਕੋਕ ਮੰਗਵਾਉਣੀ ਪੈ ਗਈ ਸਾਨੂੰ ਚੱਕੋ ਵੀ ਖਾਵੋ ਹੁਣ ਚੱਕੋ ਫੱਟੇ ਲਓ ਜੀ ਸਾਰਾ ਕੰਮ ਫਿਨਿਸ਼ ਹੋ ਚੁੱਕਾ ਆ ਜੀ ਹੁਣ ਢਿੱਡ ਫੁੱਲ ਆ ਪਰ ਆਹ ਹਾਲੇ ਫਰਾਈਜ਼ ਕਾਫੀ ਬਚ ਗਈਆਂ ਹੈਗੀਆਂ ਇਹ ਸਤਨਾਮ ਖਾਊਗਾ ਹੁਣ ਕਿਉਂਕਿ ਇਹਦੀ ਕੋਕ ਵੀ ਬਚੀ ਆ ਸਾਡੀ ਤਾਂ ਕੋਕ ਵੀ ਖਤਮ ਹੋ ਚੁੱਕੀ ਆ ਦੇਖੋ ਜੀ ਅਤੇ ਮਿਰਚ ਫੁੱਲ ਲੱਗੀ ਸਾਨੂੰ ਪੈਰੀ ਪੈਰੀ ਫਰੈਂਚ ਫਰਾਈਜ਼ ਦੇ ਨਾਲ ਬਿੱਲ ਸਾਡਾ ਆ ਚੁੱਕਾ ਜੀ 630 ਰੁਪਏ ਅਤੇ ਸਤਨਾਮ ਭਾਅ ਜੀ ਅੱਜ ਸਸਤੇ 'ਚ ਛੁੱਟ ਗਏ ਆ ਕਿਉਂਕਿ ਇਕੱਲਾ ਮਨਚੀਜ਼ ਦਾ ਪੀਜ਼ਾ ਹੀ ਖਾਧਾ ਆ ਹਾਲੇ ਤਾਂ ਕਹਿੰਦੇ ਸੀ KFC ਜਾਣਾ ਆ ਪਰ ਇਸ ਟਾਈਮ KFC ਜਾਣਾ ਕੈਂਸਲ ਹੋ ਗਿਆ ਕਿਉਂਕਿ ਠੰਡ ਹੀ ਬਹੁਤ ਜ਼ਿਆਦਾ ਆ ਗੱਡੀ ਅੰਦਰ ਖੜੀ ਕਰਤੀ ਕਿਉਂ ਭਗਵਤ ਸਾਹਿਬ 5 ਰੁਪਏ ਵਾਲੀ ਲੋਲੀਪੋਪ ਖਾਣ ਚੱਲੇ ਹੈਗੇ ਜੀ ਕਿਉਂਕਿ ਕੁਛ ਮਿੱਠਾ ਤਾਂ ਹੋਣਾ ਚਾਹੀਏ ਨਾ ਜੀ ਆ ਬਿੱਲ ਦੇਖ ਲਓ ਦੇ ਕੇ ਫਿਰ ਚੱਲੀਏ ਆਪਾਂ ਆਈਸਕ੍ਰੀਮ ਖਾਣ ਚੱਲੀਏ ਜਾਣ ਦੀ ਤਿਆਰੀ 'ਚ ਹੁਣ ਆਪਾਂ ਅਤੇ ਮਨਚੀਜ਼ ਦੇ ਤੁਸੀਂ ਦੇਖ ਸਕਦੇ ਹੈਗੇ ਹਾਂ ਬਹੁਤ ਟਾਈਮ ਦੇ ਬਾਅਦ ਅਸੀਂ ਮਨਚੀਜ਼ ਦੇ ਅੱਜ ਆਏ ਹੈਗੇ ਅਤੇ ਸਤਨਾਮ ਸਿੰਘ ਜੀ ਵੱਲੋਂ ਪਾਰਟੀ ਸੀਗੀ ਅੱਜ ਅਤੇ ਹੁਣ ਆਈਸਕ੍ਰੀਮ ਖਾਣ ਚੱਲੇ ਹੈਗੇ ਹਾਂ ਜੀ ਬੰਸਲ ਭਾਅ ਜੀ ਹੁਣਾਂ ਦੇ ਹਮੂਰ ਵਾਲਿਆਂ ਦੇ ਓਕੇ ਜੀ ਮਿਲਦੇ ਹਾਂ ਤੁਹਾਨੂੰ ਹੁਣ ਆਈਸਕ੍ਰੀਮ ਵਾਲਿਆਂ ਦੇ ਬਾਏ ਦੇਖ ਸਕਦੇ ਹੈਗੇ ਮਨਚੀਜ਼ ਦਾ ਫੂਡ ਪਲੇਸ ਇਹਨਾਂ ਦੇ ਪੀਜ਼ਾ ਬਰਗਰ ਬਹੁਤ ਜ਼ਿਆਦਾ ਫੇਮਸ ਹੈਗੇ ਆ ਚਲੀਏ ਮਹਾਰਾਜ ਚਲੀਏ ਓਕੇ ਓ ਸਤਨਾਮ ਸਿੰਘ ਜੀ ਅੱਗੇ ਅੱਗੇ ਜਾ ਰਹੇ ਆ ਜੀ ਦੇਖੋ ਅਸੀਂ ਇਸ ਟਾਈਮ ਹਰਗੋਬਿੰਦ ਨਗਰ ਜਾ ਰਹੇ ਹੈਗੇ ਆ ਜੀ ਚੁਪਾਟੀ ਦੇ ਕੋਲ ਸਾਡੇ ਸਤਨਾਮ ਸਿੰਘ ਜੀ ਵੀ ਸਾਡੇ ਨਾਲ ਆ ਬੈਕ 'ਤੇ ਕਿਉਂਕਿ ਸਤਨਾਮ ਸਿੰਘ ਦੀ ਸਕੂਟਰੀ ਅਲੱਗ ਸੀਗੀ ਸਤਨਾਮ ਸਿੰਘ ਜੀ ਕਿੱਥੇ ਰਹਿ ਗਏ ਆ ਰਹੇ ਆ ਰਹੇ ਆ ਰਹੇ ਆ ਰਹੇ ਭੋਗਲ ਸਾਹਿਬ ਸਕੂਟਰੀ ਚਲਾਉਂਦੇ ਪਏ ਆ ਕਿਉਂਕਿ ਅਸੀਂ ਥੋੜ੍ਹੀ ਜਿਹੀ ਵਲੋਗਿੰਗ ਕਰਨੀ ਸੀਗੀ ਚਲਾਨ ਨਹੀਂ ਘਟਾਉਣਾ ਹੈਗਾ ਤਾਂ ਕਰਕੇ ਅਸੀਂ ਖੁਦ ਨਹੀਂ ਚਲਾ ਰਹੇ ਹੈਗੇ ਉਹ ਸਿੱਧਾ ਧਿਆਨ ਦੇ ਅਤੇ ਸਿੱਧਾ ਧਿਆਨ ਆ ਪੂਰਾ ਇਹਦਾ ਮੁੰਡੇ ਦਾ ਆਈਸਕ੍ਰੀਮ ਖਾਣ ਇੱਥੇ ਸਪੈਸ਼ਲ ਆਏ ਹੈਗੇ ਆ ਸਾਡੇ ਭੋਗਲ ਸਾਹਿਬ ਅਤੇ ਨਾਲ ਰੂਪ ਰਾਏ ਸਾਹਿਬ ਚਲੋ ਵੀ ਲੈ ਕਿਹੜੀ ਲੈਣੀ ਹੈ ਆਈਸਕ੍ਰੀਮ ਅੱਜ ਸਤਨਾਮ ਸਿੰਘ ਜੀ ਵੱਲੋਂ ਪਾਰਟੀ ਹੈ ਨਾ ਬਲੇਟਿਡ ਬਰਥਡੇ ਦੀ ਹਾਂਜੀ ਦੇਖੋ ਜੀ ਸਤਨਾਮ ਸਿੰਘ ਦਾ ਬਰਥਡੇ ਆ ਜੀ ਦੱਸਣ ਕੇ ਆਈਸਕ੍ਰੀਮ ਕਿੱਦਾਂ ਦੀ ਆ ਸਤਨਾਮ ਸਿੰਘ ਜੀ ਇਹ ਤਾਂ ਬਰਥਡੇ ਦੀ ਪਾਰਟੀ ਹੋ ਰਹੀ ਆ ਫਿਰ ਮੂੰਹ ਲਬੇੜਨਾ ਵੀ ਬਣਦਾ ਅੱਜ ਭੋਗਲ ਸਾਹਿਬ ਦੇ ਰਿਐਕਸ਼ਨ ਲਈ ਜਾਵੂਗੀ ਭੋਗਲ ਸਾਹਿਬ ਗਰਮ ਕਰਕੇ ਖਾਣੀ ਤਾਂ ਨਹੀਂ ਸੋਚ ਕਿਦਾਂ ਕਿਹੜਾ ਵਨੀਲਾ ਦਾ ਬਲੀਨਾ 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 ਬਹੁਤ ਜ਼ਿਆਦਾ ਵਧੀਆ ਇਹ ਤੁਹਾਨੂੰ ਸਿਰਫ ਵੇਫਰ ਹਾਊਸ 'ਤੇ
ਬਟ ਇੱਥੇ ਦੀ ਫੇਮਸ ਚੀਜ਼ ਹੋ ਗਈ ਹੈ ਜਿਹੜੀ ਅਸੀਂ ਪਿਛਲੇ ਬਲੌਗ ਦੀ 5 ਰੁਪਏ ਵਾਲਾ ਲੋਲੀਪੌਪ। ਤਾਜ ਮਹਿਲ ਆਈਸਕ੍ਰੀਮ ਵੀ ਹੈਗੀ ਹੈ ਇੱਥੇ, ਤੁਸੀਂ ਦੇਖ ਸਕਦੇ ਹੈਗੇ ਮੋਕਾ ਬਰਾਊਨੀ, ਅਮੈਰੀਕਨ ਨਟਸ। ਇਹ ਹੈਗੇ ਇੱਥੇ ਦੇ ਪਾਂਡੇ ਜੀ। ਅਸੀਂ ਇਸ ਟਾਈਮ ਵੇਫਲ ਹਾਊਸ ਦੇ ਵਿੱਚ ਖੜ੍ਹੇ ਹੈਗੇ ਅਤੇ ਮੈਡਮ ਸਾਨੂੰ ਦੱਸੋਗੇ ਕਿ ਇਹਨਾਂ ਦੇ ਕੋਲ ਕਿੰਨੇ ਤਰ੍ਹਾਂ ਦੇ ਵੇਫਲਸ ਹੈਗੇ ਆ। ਮੈਡਮ ਪਹਿਲਾਂ ਆਪਾਂ ਨਾਮ ਦੱਸੋ ਜੀ। ਮੇਰਾ ਨਾਮ ਜਸਮੀਤ ਕੌਰ ਆ, ਠੀਕ ਹੈ। ਅਤੇ ਸਾਡੇ ਕੋਲ 25 ਪਲੱਸ ਵਰਾਇਟੀ ਆ ਵੇਫਲਸ ਦੇ ਵਿੱਚ। ਜੇ ਤੁਸੀਂ ਫੁੱਲ ਕਰਵਾਉਣਾ ਚਾਹੁੰਦੇ ਫੁੱਲ ਵੀ ਅਵੇਲੇਬਲ ਆ, ਜੇ ਤੁਸੀਂ ਛੋਟਾ ਖਾਣਾ ਚਾਹੁੰਦੇ ਉਹ ਵੀ ਅਵੇਲੇਬਲ ਆ। ਸਾਡੇ 70 ਤੋਂ ਸਲਾਈਸ ਸਟਾਰਟ ਆ, ਮਤਲਬ ਵੇਫਲਸ ਸਾਡੇ 70 ਤੋਂ ਸਟਾਰਟ ਆ, ਕੋਈ ਜ਼ਿਆਦਾ ਮਹਿੰਗੀ ਨਹੀਂ ਕਹਿ ਸਕਦੇ ਆਪਾਂ, ਠੀਕ ਆ। 70 ਨੋਰਮਲ ਆ, ਬਾਕੀ ਸਾਡੀ ਆਈਸਕ੍ਰੀਮ ਹੈਮੋ ਦਾ ਪਾਰਲਰ ਆ ਸਾਡੇ ਤੋਂ, ਉੱਤੋਂ 5 ਰੁਪੀਸ ਤੋਂ ਆਈਸਕ੍ਰੀਮ ਸਟਾਰਟ ਹੋ ਜਾਂਦੀ ਆ। 5 ਤੋਂ ਲੈ ਕੇ ਐਂਡ ਰੇਟ ਸਾਡਾ ਸਾਡਾ ਕੇਕਸ ਦੇ ਵਿੱਚ ਚੱਲ ਜਾਂਦਾ, ਫਿਰ ਸਾਡਾ ਲਾਸਟ ਰੇਟ 600 ਤੱਕ। ਅਸੀਂ ਇਸ ਟਾਈਮ ਹੋ ਚੁੱਕੇ ਹੈਗੇ ਹਾਂ ਫਰੀ ਅਤੇ ਘਰ ਜਾਣ ਦੀ ਤਿਆਰੀ ਆ, ਅਤੇ ਘਰ ਜਾ ਕੇ ਪਹਿਲਾਂ ਹੁਣ ਕੱਪੜੇ ਚੇਂਜ ਕਰਾਂਗੇ। ਕੱਪੜੇ ਚੇਂਜ ਕਰਕੇ ਫਿਰ ਸਾਡਾ ਪਿਆਰਾ ਸਕੂਬੀ ਅਤੇ ਉਹਨੂੰ ਅਸੀਂ ਸੈਰ ਕਰਾਉਣ ਨਿਕਲਣਾ, ਸਕੂਟਰੀ 'ਤੇ ਗੇੜੀ ਮਾਰਾਂ ਨਿਕਲਣਾ, ਅਤੇ ਉਹਦੇ ਨਾਲ ਵੀ ਮੇਰਾ ਬਹੁਤ ਜਲਦੀ ਵਲੌਗ ਆਊਗਾ। ਅਤੇ ਤੁਸੀਂ ਇੰਦੇ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੀਓ, ਠੀਕ ਆ, ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ, ਅਤੇ ਜਾਂਦੇ ਜਾਂਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਤੇ ਤੁਸੀਂ ਸਾਡੇ ਅਗਰ ਬਲੌਗਸ ਦੇ ਅਪਡੇਟਸ ਪਹਿਲਾਂ ਜਾਣਨਾ ਚਾਹੁੰਦੇ ਆ ਤਾਂ ਪਲੀਜ਼ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰ ਲਓ। ਮੇਰੀ ਇੰਸਟਾਗ੍ਰਾਮ ਆਈਡੀ ਤੁਹਾਨੂੰ ਥੱਲੇ ਸ਼ੋਅ ਹੋ ਜੂਗੀ ਜੀ, ਅਮਨਵੀਰ ਦੀ ਵਲੌਗਸ। ਓਕੇ ਜੀ, ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ, ਨਮਸਤੇ। ਤੁਸੀਂ ਵੀ ਬੋਲ ਪਓ ਯਾਰ, ਬਾਏ ਬਾਏ ਕੀਤੀ ਆ ਹੁਣ, ਬਾਏ ਬਾਏ। ਓਕੇ ਜੀ।